ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਦਿਨ ਦੁਨੀਆਂ ਦੇ ਮਾਲਕ ਦਤਾਰ ਪ੍ਰਭੂ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਜੀ ਆਪਣੀ ਜੋਬਾਨੀ ਭਾਗ ਤੋਂ ਸੁਹੀ ਰਾਗ ਦੇ ਅੰਦਰ ਮੁਬਾਰਕ ਬਚਨ ਕਰਕੇ ਦੱਸਦੇ ਨੇ ਆਕਾਲ ਪੁਰਖ ਵੈਗੁਰੂ ਨਾਲੋਂ ਵੱਡਾ ਕੋਈ ਨਹੀਂ ਤੇ ਜਦੋਂ ਤੁਸੀਂ ਉਹਨੂੰ ਅਰਾਧੋਂਗੇ ਜਪੋਂਗੇ ਉਹ ਇਸ ਲੋਕ ਦੇ ਕਾਰਜ ਵੀ ਸਵਾਰਦੇ ਪਰਲੋਕ ਦੇ ਵੀ ਉਹ ਆਪਣੇ ਸੇਵਕਾਂ ਦਾ ਕੋਈ ਕਾਰਜ اٹਕ ਜਾਵੇ ਉਹਨੂੰ ਪੂਰਾ ਕਰਨ ਵਾਸਤੇ ਆਕਾਲ ਪੁਰਖ ਵੈਗੁਰੂ ਆਪ ਕਿਰਪਾ ਕਰਦਾ ਹੈ ਸਤਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਤੇ ਪਵਿੱਤਰ ਬਚਨ ਆਪਣੀ ਜ਼ੁਬਾਨੀ ਭਾਖ ਤੋਂ ਉਚਾਰੇ ਨੇ ਤੇ ਮਾਣ ਪੁਰਸ਼ ਇਸ ਪਾਵਨ ਸ਼ਬਦ ਦੀ ਭੂਮਿਕਾ ਉਠਾਨ ਕਾ ਉਵਾਚਾ ਇਸ ਤਰ੍ਹਾਂ ਸੁਮਧਾਇਆ ਕਰਦੇ ਸਨਾਂ ਜੇਸ ਵਕਤ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰਿਤ ਸਰ ਸਾਹਿਬ ਵੇਖੇ ਉਸ ਦੀ ਖੁਦਵਾਈ ਹੋਣ ਲੱਗੀ ਉਸ ਦੀ ਬੰਤਰ ਬਲ ਲੱਗੀ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਵਿੱਚੋਂ ਮਿੱਟੀ ਪੁਟਾ ਕੇ ਬਾੜ ਕਢਾਉਣ ਲੱਗੇ ਇੱਕ ਸਾਰ ਬਣਾਉਣ ਲੱਗੇ ਤੇ ਚਲਦਿਆਂ ਚਲਦਿਆਂ ਕਰਜ਼ ਜਿਸ ਜਗ੍ਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਥਾਪਿਤ ਨੇ ਹਰ ਕੀ ਪੌੜੀ ਤੇ ਆ ਕਰਕੇ ਅਰਢਾ ਕੜ ਆ ਗਿਆ ਉਹ ਮਿੱਟੀ ਨਾਮ ਪੱਟੀ ਜਾਵੇ ਕਈਆਂ ਨਾਂ ਗਿੰਤੀਆਂ ਨਾਂ ਆਦ ਜੋਸ਼ ਵੇਲੇ ਦੇ سند سن مٹی کھودن والے کو مڑ چلے سیوا دار ہمب گئے ہاتھاں والے ہالو بے حال تن تن گرو ارجن دیو مہاراج سچے پاشاہ جی دے کول آئے داتار پربو جی باقی تا سب ٹھیک ہے ایس جگہ تو اسی ہم بگئے ہیں برا حال ہو گیا حالوں بے حال ہو گئے ہیں ਪਰ ਉਹ ਮਿੱਟੀ ਪੱਟੀ ਨਹੀਂ ਜਾ ਰਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਤੁਸੀਂ ਆਜੋ ਤੇ ਸੁਬਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਕੰਮ ਦੀ ਅਰੰਭਤਾ ਹੋਵੇਗੀ ਦਿਨ ਦਾ ਚੜਾਉ ਹੋਇਆ ਸੱਚੀ ਸਰਕਾਰ ਨੇ ਦੀਵਾਨ ਸਜਿਆ ਸੰਗਤਾਂ ਬੈਠੀਆਂ ਨੇ ਅਲਾਹੀ ਦਰਗਾਹੀ ਬਚਨ ਸੁਣਾਏ ਗਏ ਸਹਿਬ ਵੱਲੋਂ ਸੰਗਤ ਨੂੰ ਜਦੋਂ ਸੇਵਾ ਦੀ ਆਰੰਭਤਾ ਹੋਈ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਇਲਾਚੀ ਬੇਰ ਦੇ ਥੱਲੇ ਆ ਕੇ ਬੈਠੇ ਨੇ ਜਿਸ ਪਾਸਿਓਂ ਦਰਸ਼ਨੀ ਡਿਊਟੀ ਤੋਂ ਨੰਗ ਕੇ ਦਰਬਾਰ ਸਾਹਿਬ ਨੂੰ ਜਾਈਦਾ ਅਕਾਲ ਤਖਤ ਸਾਹਿਬ ਨੂੰ ਸਾਹਮਣੇ ਇਲਾਚੀ ਬੇਰ ਮਹਾਰਾਜ ਬੈਠੇ ਨੇ ਸੰਗਤ ਸੇਵਾ ਕਰਦੀ ਹੈ ਕੀ ਦੇਖਿਆ ਔਰ ਇਨ ਨੂੰ ਬਹੁਤ ਉਹ ਸਰੀਰ ਨੇ ਜਿਹੜੇ ਉੱਚੀ ਧੁਨ ਚ ਵਾਹਿਗੁਰੂ ਦਾ ਜਾਪ ਕਰਦੇ ਨੇ ਤੇ ਆ ਕੇ ਸੇਵਾ ਨੂੰ ਲੱਗ ਪਏ ਜਿਹੜੀ ਜਗ੍ਹਾ ਪੱਟੀ ਨਹੀਂ ਸੀ ਨਾ ਜਾਂਦੀ ਉਹ ਥੋ ਟੋਕਰੇ ਪਰ ਪਰ ਬਾਹਰ ਸੱਟਣ ਲੱਗ ਪਏ ਸਿੱਖ ਸੰਗਤਾਂ ਨੇ ਦੇਖਿਆ ਮਹਾਰਾਜ ਜੀ ਨੇ ਦੇਖਿਆ ਬਈ ਜਾ ਪਤਾ ਕਰੋ ਇਹ ਸੰਗਤ ਕਿਹੜੇ ਪਾਸੋਂ ਆਈ ਸਿੱਖ ਗਏ ਜਾਕੇ ਪੁੱਛਿਆ ਭਾਈ ਇਹ ਸੰਗਤ ਕਿਹੜੇ ਇਲਾਕੇ ਤੋਂ ਆਈ ਆ ਤੇ ਕਿਹੜੇ ਪਾਸਿਓਂ ਆਏ ਤੁਸੀਂ ਉਹ ਵਾਹਿਗੁਰੂ ਵਾਹਿਗੁਰੂ ਦੀ ਧੁੰ ਵਿੱਚ ਮਗਨ ਦੱਸਿਆ ਕੁਝ ਨਹੀਂ ਕਿਉਂ ਜੇ ਉਹ ਦੱਸਦੇ ਸਨ ਤੇ ਉਹਨਾਂ ਦਾ ਭੇਦ ਉਗੜਦਾ ਸੀ ਤੇ ਜੇ ਉਹ ਕੋਈ ਹੋਰ ਇਲਾਕਾ ਦੱਸਦੇ ਸੀ ਫਿਰ ਝੂਠ ਬੋਲਣਾ ਪੈਂਦਾ ਸੀ ਇਸ ਕਰਕੇ ਉਹਨਾਂ ਨਾਂ ਦੱਸਿਆ ਅਸਲ ਚੋ ਹੈ ਕੌਣ ਮਹਾਰਾਜ ਕੋਲ ਮੁੜ ਕੇ ਆਏ ਮਹਾਰਾਜ ਉਹ ਕੁਝ ਨਹੀਂ ਦੱਸ ਦੇ ਪਏ ਉਹ ਤਾਂ ਵਾਹਿਗੁਰੂ ਵਾਹਿਗੁਰੂ ਦੀ ਧੁਨੀਆਂ ਲਾਪਦੇ ਨੇ ਤਨ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਮਹਾਂਪੁਰਸ਼ ਸਮਝਾਇਆ ਕਰਦੇ ਸਨ ਪਾਵਨ ਬਾਣੀ ਦੀ ਅਰਥਾਵਲੀ ਸਮਝਾਉਂਦਿਆਂ ਹੋਇਆਂ ਅਖਰੀ ਗਿਆਨ ਦਿੰਦਿਆਂ ਮਹਾਰਾਜ ਜਦੋਂ ਥੋੜਾ ਜਿਹਾ ਕਾਉਨਲ ਧਿਆਨ ਮਾਰਿਆ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਵੈਸਪੁਰੀ ਦੇ ਨਹੀਂ ਪੁੱਛੇ ਮਹਾਰਾਜ ਕੌਣ ਨੇ ਮਹਾਰਾਜ ਕਹਿੰਦੇ ਦੇਵਤੇ ਆ ਗਏ ਨੇ ਰੂਪ ਬਟਾ ਕੇ ਮਨੁੱਖੀ জামਾ ਧਾਰਨ ਕਰਕੇ ਉਹਨਾਂ ਨੇ ਔਰ ਉਹ ਸੇਵਾ ਕਮਾਉਣ ਆਏ ਨੇ ਬ੍ਰਹਮਾ ਵਿਸ਼ਨੋ ਸ਼ਿਵ ਜੀ ਹੋਰ ਆਦਿੰਦਰਾ ਤੋਂ ਜਿੰਨੇ ਦੇਵਤੇ ਨੇ ਉਕਾਰ ਕਰਦੇ ਨੇ ਤੇ ਪ੍ਰਭੂ ਹਰ ਵਹਿਗੁਰੂ ਆਪ ਆਇਆ ਕਿਉਂਕਿ ਸਰੋਵਰ ਉਸ ਦਾ ਕਾਰਜ ਉਸ ਦਾ ਹਰ ਮੰਦਰ ਉਸ ਦਾ ਹਰ ਮੰਦਰ ਅੰਦਰ ਜਾਪ ਉਸ ਦਾ ਵਾਕਾਲ ਪੁਰਖ ਵਹਿਗੁਰੂ ਆਇਆ ਅਗੰਮੀ ਫੌਜਾਂ ਆ ਗਈਆਂ ਨੇ ਉਹ ਸੇਵਾ ਨਭਾ ਰਹੀਆਂ ਜਿੱਥੇ ਮਨੁੱਖਾਂ ਸੇਵਾ ਕੀਤੀ ਉਥੇ ਦੇਵਤਿਆਂ ਨੇ ਵੀ ਆ ਕੇ ਉਸ ਪਾਵਨ ਸਰੋਵਰ ਦੇ ਵਿੱਚੋਂ ਕਾਰ ਕੱਢੀ ਕਹੇ ਨੇ ਬੱਠਲ ਪਰੇ ਟੋਕਰੇ ਪਰੇ ਕਿ ਕਈ ਚੁਲਾਈ ਕਿਸ ਗੈੰਤੀ ਚਲਾਈ ਕਿਸੇ ਟੋਕਰੇ ਪਰ ਪਰ ਕਾਰਾਂ ਕੱਢੀਆਂ ਗਈਆਂ ਔਰ ਦੂਜਾ ਸੰਬੰਧ ਇਸ ਪਾਵਨ ਸ਼ਬਦ ਦਾ ਜਦੋਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੀ ਸਰਕਾਰ ਨੇ ਧੰਨ ਗੁਰੰਸਹਿ ਮਹਾਰਾਜ ਦੇ ਪਵਨ ਸਰੂਪ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਾ ਕੇ RAM ਸਰ ਦੀ ਧਰਤੀ ਤੇ ਪਵਨ ਸਰੂਪ ਦੀ ਸੰਪੂਰਨਤਾ ਹੋਈ ਤੇ ਉਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਉਤਸ਼ਾਹ ਦੇ ਨਾਲ ਬਾਬਾ ਬੁੱਢਾ ਸਾਹਿਬ ਦੀ ਦਿੱਸੀ ਉੱਪਰ ਪਵਨ ਸਰੂਪਾਂ ਨੂੰ ਸਜਾ ਕੇ ਅਬ ਚੌਰ ਕਰਦੇ ਹੋਏ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਿਆ ਕੇ ਗੁਰਬਾਣੀ ਸਰੂਪ ਪਹਿਲੀ ਵਾਰ ਔਰ ਜਿਹੜਾ ਲਿਖਿਆ ਗਿਆ ਬਾਣੀ ਇਕੱਠੀ ਹੋਈ ਪਹਿਲੀ ਵਾਰ ਸਿੱਖ ਦੇ ਸੇਸ਼ ਉੱਪਰ ਰੱਖਿਆ ਗਿਆ ਉਸੇ ਹੈਡ ਗਰੰਥੀ ਧੰਨ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਸੇਸ਼ ਤੇ ਲੈ ਕੇ ਆਉਂਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਚੌਰ ਚਲਾਉਂਦੇ ਨੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਆਏ ਬਾਬਾ ਬੁੱਢਾ ਸਾਹਿਬ ਪਾਵਨ ਸਰੂਪ ਸਥਾਪਿਤ ਕਰਕੇ ਪਿੱਛੇ हट ਗਏ ਤੇ ਸੰਗਤ ਦੇ ਮਨ ਦਾ ਖਿਆਲ ਸੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਸੁਣਾਉਣਗੇ ਮਹਾਰਾਜ ਚੌਰ ਸਾਹਿਬ ਲੈ ਕੇ ਖੜੇ ਦਿੱਤੇ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਚੌਰ ਬਰਦਾਰ ਸਿੰਘ ਕਈ ਵਾਰ ਚੌਰ ਖਲੋ ਕੇ ਕਰ ਰਿਹਾ ਹੁੰਦਾ ਹੈ ਨਾ ਉਥੇ ਗੁਰੂ ਅਰਜਨ ਸਾਹਿਬ ਮਹਾਰਾਜ ਖੜੇ ਤੇ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੀੜਾ ਸਾਹਿਬ ਤੇ ਸ਼ੋਭਾ ਪਾਉਂਦੇ ਨਾ ਤਖਤ ਤੇ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੀੜਾ ਸਾਹਿਬ ਟਿਕਿਆ ਤੇ ਬਾਬਾ ਬੁੱਢਾ ਸਹਿਬ ਨੂੰ ਆਵਾਜ਼ ਮਾਰ ਕੇ ਕਹਿੰਦੇ ਸੰਗਤ ਦਾ ਖਿਆਲ ਸੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਸੁਣਾਣਗੇ ਮਹਾਰਾਜ ਸਾਹਿਬ ਨੇ ਆਵਾਜ਼ ਮਾਰ ਕੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੁ ਆਵਾਜ਼ ਸੁਣੈ ਸਭ ਪੰਥ ਕਹ ਲਗੇ ਗੁਰੂ ਅਰਜੁਨ ਸਾਹਿਬ ਰਾਜ ਨੇ ਬਚਨ ਕੀਤੇ ਬਾਬਾ ਬੁੱਢਾ ਸਾਹਿਬ ਪਾਵਨ ਸਰੂਪਾਂ ਦਾ ਪ੍ਰਕਾਸ਼ ਕਰੋ ਹੁਕਮ ਲਾਓ ਤੇ ਸਾਰੀ ਸੰਗਤ ਸੁਣੈ ਅਦਬ ਸਹਿਤ ਗ੍ਰੰਥ ਕੋ ਖੋਲਾ ਅਦਬ ਨਾਲ ਬੜੇ ਸਤਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਲੇ ਆਵਾਜ਼ ਬੁੱਢਾ ਮੁਖ ਬੋਲਾ ਬਾਬਾ ਬੁੱਢਾ ਸਾਹਿਬ ਆਪਣੇ ਸੁਭਾਈ ਬਿੰਦ ਮੁਖਾਰ ਬਿੰਦ ਤੋਂ ਬੋਲੇ ਸੁਹੀ ਮਹੱਲਾ ਪੰਜਵਾ ਪੰਜਵੇਂ ਗੁਰਦੇਵ ਦੇ ਬਚਨ ਸਾਨਾ ਜਿਹੜੇ ਅੱਜ ਵੀ ਚਾਰ ਦੀਨ ਆਏ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅਰ ਧਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਜਦੋਂ ਤਾਲ ਦੀ ਖਦਵਾਈ ਹੁੰਦੀ ਸੀ ਆਕਾਲ ਦਾ ਸ਼ੁਕਰਾਨਾ ਕੀਤਾ ਤੇ ਸੰਗਤ ਨੂੰ ਦੱਸਿਆ ਆਕਾਲ ਆਪਣੇ ਪਿਆਰਿਆਂ ਦੇ اٹਕੇ ਕਾਰਜ ਆਪ ਕਰਦਾ ਹੈ ਵੈ ਗੁਰੂ ਦਾ ਇਹ ਕਾਰਜ ਆ ਸਾਡਾ ਨਹੀਂ ਪਾਵਨ ਸਰੋਵਰ ਦੀ ਖਦਵਾਈ ਔਰ ਹਰਿ ਮੰਦਰ ਸਹਿ ਬਣਾਉਣਾ ਇਹ ਸਾਡਾ ਕਾਰਜ ਨਹੀਂ ਆਪਣੇ ਕਾਰਜ ਵਿੱਚ ਆਪ ਖਲੋਤਾ ਹੈ ਆਪਣੇ ਪਿਆਰਿਆਂ ਦੀ ਤੇ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਮਹਾਰਾਜ ਸੱਚੀ ਸਰਕਾਰ ਨੇ ਇਹ ਪਹਿਲਾ ਮੁਖਵਾਕ ਪਹਿਲੀ ਵਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਅਰਜੁਨ ਦੇ ਮਹਾਰਾਜ ਚੌਰ ਚਲਾਉਂਦੇ ਨੇ ਬਾਬਾ ਬੁੱਢਾ ਸਾਹਿਬ ਨੇ ਲਿਆ ਜਦੋਂ ਇਹ ਪਹਿਲਾ ਪ੍ਰਕਾਸ਼ ਹੋਇਆ 1661 ਬਿਕਰਮੀਨ ਦੇ ਵਿੱਚ ਭਾਦਰੂ ਸੁਦੀ ਇਕਮਨ ਉਦੋਂ ਇਹ ਮੁਖਵਾਕ ਵੀ ਆਇਆ ਇਤਿਹਾਸ ਨਾਲ ਵੀ ਸੰਬੰਧ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਏ ਮੇਰੇ ਵੈ ਗੁਰੂ ਜੀ ਜਿਹੜੇ ਸ਼ਾਂਤ ਆਤਮਾ ਹਿਰਦੇ ਦੇ ਵਿੱਚੋਂ ਸਤ ਨਾਲ ਜੁੜੇ ਬਾਹਰ ਲੀਆਂ ਕਾਮਨਾਵਾਂ ਦਾ ਖਿਆਲਾਂ ਫੁਰਣਿਆਂ ਦਾ ਅੰਤ ਔਰ ਉਹ ਉਨ੍ਹਾਂ ਦਾ ਕਾਰਜ ਕੀ ਆ ਕਿ ਹਰ ਮੰਦਰ ਸਾਹਿਬ ਦੀ ਸੇਵਾ ਉਹ ਕੱਡ ਤੋੜ ਕੇ ਉਹ ਮਿੱਟੀ ਕੱਢ ਕੇ ਹਰ ਕੀ ਪੌੜੀ ਤੋਂ ਤੇ ਸੇਵਾ ਦੀ ਸੰਪੂਰਨਤਾ ਹੋਵੇ ਪਰ ਉਹ ਕੱਡ ਟੁੱਟਦਾ ਨਹੀਂ ਸੀ ਮੇਰੀ ਵੈ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਪਿਆਰਿਆਂ ਲਈ ਆਪਣੇ ਕਾਰਜ ਲਈ ਆਪ ਆਇਆ ਸੰਤਾ ਕੇ ਕਾਰਜ ਇਤੇ ਸੰਤਾ ਸ਼ਬਦ ਗੁਰੂ ਅਰਜੁਨ ਦੇ ਮਹਾਰਾਜ ਲਈ ਸੰਤਾ ਸ਼ਬਦ ਸੰਗਤ ਲਈ ਪਿਆਰਿਆਂ ਲਈ ਸਤਿਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਆਪਣੇ ਪਿਆਰਿਆਂ ਦੀ ਅਰੰਭਤ ਕੀਤੀ ਹੋਈ ਸੇਵਾ ਉਹਦੇ ਵਿੱਚ ਆਈ ਅੜਿਚਨੋਂ ਦੂਰ ਕਰਨ ਵਾਸਤੇ ਆਪਣੇ ਕਾਰਜ ਦੀ ਅਕਾਲ ਪੁਰਖ ਵੈਗਰੂ ਸੰਪੂਰਨਤਾ ਕਰਾਉਣ ਵਾਸਤੇ ਆਪ ਖਲੋਇਆ ਏ ਕਾਰਜ ਨੂੰ ਰਾਸ ਕਰਨ ਵਾਸਤੇ ਸੰਪੂਰਨ ਕਰਨ ਵਾਸਤੇ ਮੇਰਾ ਵੈਗੁਰੂ ਆਪ ਆਇਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਵੈਗੁਰੂ ਪਰਮੇਸ਼ਵਰ ਕੰਮ ਕਰਾਵਣ ਆਇਆ RAM ਏ ਕਾਰਜ ਨੂੰ ਇਸ ਕੰਮ ਨੂੰ ਕਰਵਾਉਣ ਵਾਸਤੇ ਸੰਪੂਰਨ ਕਰਨ ਦੇ ਲਈ ਉਹ ਅਕਾਲ ਪੁਰਖ ਵੈਗੁਰੂ ਆਪ ਆਇਆ ਕਾਰਜ ਆਪ ਸਵਾਰੈਨ ਸੋ ਪ੍ਰਭ ਸਦਾ ਸੰਭਾਲ ਜਿਹੜਾ ਪ੍ਰਭ ਆਪ ਕਾਰਜ ਸਵਾਰਦਾ ਹੈ ਨਾ ਮਹਾਰਾਜ ਮੀਰ ਕਰਦੇ ਉਹਦੀ ਆਪ ਉਹਦੇ ਨਾਮ ਦੀ ਸੰਭਾਲ ਕਰੋ ਤੇਰੀ ਸੰਭਾਲ ਕਰੇਗਾ ਮਹਾਰਾਜ ਮੀਰ ਕਰਦੇ ਸਤਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ सगला ਰਾਸ ਗੁਰੂ ਹਜ਼ੂਰ ਅਰਜ਼ੋਈ ਕਰ ਤੇ ਗੁਰੂ ਸੁਣਦਾ ਹੈ ਫਿਰ ਵਿਗੜੇ ਕਾਰਜ ਰਾਸ ਹੁੰਦੇ ਆ ਸੰਖੇਪ ਚ ਅਰਜ ਕਰਾਂ ਮਹਾਰਾਜ ਕਹਿੰਦੇ ਤਰਤ ਸੁਹਾਵੀ ਤਾਲ ਸੁਹਾਵਾ ਜਿਨੀ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਉਹ ਸੋਭਾ ਵਾਲੀ ਬਣ ਗਈ ਅਰ ਜਿੰਨਾ ਜਿਹੜਾ ਪਾਵਨ ਤਾਲ ਤਲਾਵ ਜਿਹਦੀ ਸੇਵਾ ਹੋ ਰਹੀ ਅਰ ਉਹ ਵੀ ਜਿਹੜਾ ਸੁਹਾਵਣਾ ਬਣ ਗਿਆ ਸੁੰਦਰਤਾਈ ਦੇ ਸਹਿਤ ਹੋ ਗਿਆ ਉਹ ਸੋਭ ਨੀਕ ਹੋ ਗਿਆ ਮਹਾਰਾਜ ਕਹਿੰਦੇ ਜਦ ਉਤਲਾਬ ਦੀ ਸੰਪੂਰਨਤਾ ਹੋ ਗਈ ਫਿਰ ਕੀ ਹੋਇਆ ਵਿੱਚ ਅੰਮ੍ਰਿਤ ਜਲ ਛਾਇਆ RAM ਉਹਦੇ ਵਿੱਚ ਅੰਮ੍ਰਿਤ ਜਲ ਜਿਹੜਾ ਉਹ ਸਥਿਤ ਹੋਇਆ ਟਿਕ ਗਿਆ ਹਲਾਇ ਮੰਨੀ ਹੋਇਆ ਟਿਕਾਉ ਹੋਇਆ ਸੰਤਾ ਕੇ ਕਾਰਜ ਆਪ ਖਲੋਇਆ RAM ਰੱਬ ਦੇ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਜਿੰਨੀਆਂ ਸਤ ਨੂੰ ਲੋਚਦੀਆਂ ਪਰਮੇਸ਼ਰ ਨੂੰ ਲੋਚਦੀਆਂ ਕਾਮਨਾਵਾਂ ਫੁਰਨੀਆਂ ਦਾ ਅੰਤ ਕਰਦੀਆਂ ਆਨੰਦ ਦੀ ਖੇੜੇ ਦੀ ਹਿਰਦੇ ਦੀ ਚਾਹਤ ਰੱਖਦੀਆਂ ਉਹਨਾਂ ਦਾ ਕਾਰਜ ਕਰਨ ਵਾਸਤੇ ਕਾਰਜ ਕੀਏ ਆਪਾ ਮਟਾਉਣ ਲਈ ਆਪਣਾਤ ਮਟਾ ਕੇ ਜੀਵਤਮ ਨੂੰ ਈਸ਼ਵਰ ਵਿੱਚ ਮਲਾਉਣ ਲਈ ਉਹ ਕਾਰਜ ਜਿਹੜਾ ਸੀ ਉਸ ਕਾਰਜ ਦੇ ਵਿੱਚ ਜੀਵ ਵੱਖਰਾ ਤੇ ਈਸ਼ਵਰ ਵੱਖਰਾ ਉਹਦਾ ਭਿੰਨ ਭੇਦ ਮਟਾਉਣ ਲਈ ਹਰ ਆਪ ਵੈਗੁਰੂ ਆਪਣੇ ਪਿਆਰਿਆਂ ਦਾ ਕਾਰਜ ਸੰਪੰਨ ਕਰਨ ਦੇ ਲਈ ਸੰਤਾ ਕੇ ਕਾਰਜ ਜਿਹੜੇ ਸਤ ਦੇ ਮਾਰਗ ਦੀ ਢੰਡਾਉ ਬਿਰਤੀਆਂ ਲੈ ਕੇ ਤੁਰੇ ਜਿਨ੍ਹਾਂ ਸੰਸਾਰ ਵੱਲੋਂ ਆਪਣੇ ਫੁਰਣਿਆਂ ਦਾ ਅੰਤ ਕਰਕੇ ਨਿਰੰਕਾਰ ਵੱਲ ਨੂੰ ਮੁੜੇ ਉਹਨਾਂ ਦੇ ਕਾਰਜ ਵਿੱਚ ਆਪ ਖਲੋਆ ਸੰਤਾ ਕੇ ਕਾਰਜ ਵਿੱਚ ਆਪ ਖਲੋਆ ਹਰ ਵੈਗੁਰੂ ਕੰਮ ਕਰਾਉਣ ਆਇਆ RAM ਕਿਹੜਾ ਕੰਮ ਹੈ ਉਹਨਾਂ ਦਾ ਕੰਮ ਕਾਰਜ ਇਹ ਆ ਕਿ ਬ੍ਰਹਮ ਹੋਣਾ ਪਰਮਾਤਮਾ ਹੋਣਾ ਆਪਣੇ ਅੰਦਰ ਪ੍ਰਕਾਸ਼ ਪ੍ਰਗਟ ਕਰਨਾ ਨਿਰੰਕਾਰ ਨੂੰ ਪ੍ਰਗਟ ਕਰਨਾ ਉਹਦੇ ਵਾਸਤੇ ਆਕਾਲ ਪੁਰਖ ਵੈਗੁਰੂ ਆਪ ਆਉਂਦਾ ਤੇ ਉਹਦਾ ਮਿਲਾਪ ਕਦੋਂ ਆ ਮਹਾਰਾਜ ਕਹਿੰਦੇ ਜਦੋਂ ਸਤਗੁਰ ਆਪਣੇ ਸੁਣੀ ਅਰਦਾਸ ਮਹਾਰਾਜ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਉਦੋਂ ਹੁੰਦਾ ਹੈ ਜਦੋਂ ਆਪਣੇ ਗੁਰੂ ਦੇ ਹਜ਼ੂਰ ਅਰਜ਼ੋਈ ਕੀਤੀ ਤੇ ਗੁਰੂ ਉਸ ਅਰਦਾਸ ਨੂੰ ਬੇਨਤੀ ਨੂੰ ਪ੍ਰਾਰਥਨਾ ਨੂੰ শ্রবণ ਕਰਦਾ ਹੈ ਸੁਣਦਾ ਹੈ ਤੇ ਫਿਰ ਉਹ ਸੇਵਕ ਜਿਹੜਾ ਪ੍ਰਾਰਥਨਾ ਕਰੀ ਆ ਨਾ ਔਰ ਉਹਦੇ ਤੇ ਕਿਰਪਾ ਕਰਦਾ ਕਾਰਜ ਆਇਆ ਸਗਲਾ ਰਾਸ ਸਾਰਾ ਕਰਦ ਸਵਰ ਗਿਆ ਲੋਕ ਵਾਲਾ ਵੀ ਪਰਲੋਕ ਵਾਲਾ ਵੀ ਕਿਉਂਕਿ ਬ੍ਰਹਮ ਵਿੱਚ ਮਿਲ ਗਿਆ ਧਰ ਤੁਸਵਾ ਵੀ ਔਰ ਧਰਤੀ ਜਿਹੜੀ ਆ ਔਰ ਪਿਆਰੀ ਉਹ ਸ਼ਰੀਰ ਔਰ ਉਹ ਸੋਭਾ ਵਾਲਾ ਬਣ ਗਿਆ ਕਿਉਂਕਿ ਗੁਰੂ ਆ ਗਿਆ ਤਾਲ ਸੁਹਾਵਾ ਅੰਤਸ਼ ਕਰਨ ਹਿਰਦਾ ਔਰ ਉਹ ਸੋਭਾ ਵਾਲਾ ਬਣ ਗਿਆ ਵਿੱਚ ਉਸ ਅੰਤਸ਼ ਕਰਨ ਦੇ ਵਿੱਚ ਅੰਮ੍ਰਿਤ ਜਲ ਛਾਇਆ RAM ਵੈ ਗੁਰੂ ਦਾ ਨਾਮ ਰੂਪੀ ਜਲ ਜਦ ਉਹ ਅੰਦਰ ਉਹ ਟਿਕ ਗਿਆ ਟਿਕਾਣਾ ਕੀਤਾ ਹਿਰਦਾ ਵੀ ਸੋਭਾ ਵਾਲਾ ਸਰੀਰ ਵੀ ਸੋਭਾ ਵਾਲਾ ਤੇ ਅਰ ਜਿਹੜਾ ਸੀ ਹਿਰਦੇ ਦੇ ਅੰਦਰ ਨਾਮ ਸੋਭ ਨੀਕ ਹੋਣ ਲੱਗਾ ਮਹਾਰਾਜ ਸੱਚੀ ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਧਰਤ ਸੁਹਾਵੀ ਸਫਲ ਥਾਨ ਪੂਰਨ ਭੇ ਕਾਮ ਅਰ ਹਿਰਦੇ ਦੇਆਂ ਸਾਰੀਆਂ ਕਾਮਨਾਵਾਂ ਕਾਰਜ ਪੂਰੇ ਹੋ ਗਏ ਪਉਣਾ ਠਾ ਭ੍ਰਮ ਮਿਟ ਗਿਆ ਪਉ ਡਰ ਭਜਿਆ ਤੇ ਭਰਮ ਜਿਹੜਾ ਸੀ ਉਹ ਖਤਮ ਹੋਇਆ ਰਵਿਆ ਨਿਤ ਰਾਮ ਨਿਤ ਹਰੀ ਪਰਮਾਤਮਾ ਨੂੰ ਜਪਿਆ ਆਰਾਧਿਆ ਸੰਖੇਪ ਕਰਾਂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅੰਮ੍ਰਿਤ ਜਲ ਛਾਇਆ ਹੁਣ ਅੰਮ੍ਰਿਤ ਜਲ ਨਾਮ ਹਿਰਦੇ ਵਿੱਚ ਸੋਭਾ ਪਾਉਣ ਲੱਗਾ ਬਾਰੀ ਪਾਵਨ ਸਰੋਵਰ ਦੇ ਅੰਦਰ ਅੰਮ੍ਰਿਤ ਸਰੋਵਰ ਵਿੱਚ ਅੰਮ੍ਰਿਤ ਮਈ ਜਲ ਦੇ ਡਾਇਆ ਉ ਲਬ ਲਬ ਪਰ ਭਰਿਆ ਹੋਇਆ ਪੂਰਨ ਸਾਜ ਕਰਾਇਆ ਪੂਰਨ ਤੌਰ ਤੇ ਉਹਦੀ ਸਾਜਨਾ ਕੀਤੀ ਅਸਥਿਤ ਧਟਕਾਓ ਕੀਤਾ ਪੂਰਨ ਸਾਜ ਕਰਾਇਆ ਸਾਜ ਮੈਨਾ ਉਹਨੂੰ ਸਾਜਨਾ ਸਵਾਰਨਾ ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ ਉਹਦੀ ਸਾਜਨਾ ਕਰਨੀ ਮਹਾਰਾਜ ਆਪ ਨੇ ਸਾਜਿਆ ਤੇ ਸਵਾਰਿਆ ਉਸ ਤਾਲ ਨੂੰ ਬੁਣਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਉਤਪਨ ਹੋਏ ਨਾ ਸੰਕਲਪ ਸਾਰੇષ્ટ ਤਾਈ ਦੇ ਸਹਿਤ ਮਹਾਰਾਜ ਅੱਜ ਉਹ ਸਾਰੇ ਪੂਰੇ ਹੋ ਗਏ ਇਹ ਪਵਨ ਸਰੋਵਰ ਦੀ ਖੁਦਵਾਈ ਹੋਈ ਇਹਦੇ ਅੰਦਰ ਜਲ ਪਿਆ ਹਰੀ ਮੰਦਰ ਸਹਿਬ ਤਿਆਰ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਤੇ ਜਗਿਆਸੂ ਕਹਿੰਦਾ ਦਾਤਾ ਅੰਮ੍ਰਿਤ ਜਲ ਛਾਇਆ ਹਿਰਦੇ ਦੇ ਅੰਦਰ ਹੁਣ ਤੇਰਾ ਨਾਮ ਹੀ ਸੋਭ ਨੀਕ ਹੋ ਰਿਹਾ ਹੈ ਹੁਣ ਪੂਰਨ ਸਾਜ ਕਰਾਇਆ ਹੁਣ ਪੂਰਨ ਤੌਰ ਤੇ ਅਰ ਜਿਹੜੀ ਅੰਦਰ ਦੀ ਵੀ ਸਾਜਣਾ ਸ਼ਿੰਗਾਰ ਹੋਇਆ ਉਹ ਸਾਜਨ ਸਾਜਨਾ ਕਰਵਾਇਆ ਉਹਦੀ ਸਾਜਨਾ ਕੀਤੀ ਅੰਦਰੋਂ ਅਭਗਨ ਕੱਟ ਕੇ ਔਰ ਜਿਹੜੇ ਸ਼ੁਭ ਗੁਣ ਔਰ ਜੀਵਨ ਦੇ ਅੰਦਰ ਸਥਾਪਿਤ ਹੋਏ ਤੇ ਫਿਰ ਕੀ ਹੋਇਆ ਸਗਲ ਮਨੋਰਥ ਪੂਰੇ ਫਿਰ ਸਾਰੀਆਂ ਮਨ ਦੀ ਸੰਕਲਪ ਪੂਰੇ ਹੋਏ ਕਦੋਂ ਸਭੇ ਇੱਛਾ ਪੂਰੀਆ ਜਬ ਪਾਇਆ ਅਗਮ અપਾਰਾ ਜਦੋਂ ਪਾਰ ਆਵਾਰ ਤੋਂ ਪਰੇ ਪਰਿਪੂਰਨ ਪਰਮਾਤਮਾ ਨੂੰ ਪਾਲਿਆ ਸਾਰੀ ਮਨ ਦੇ ਮਨੋਰਥ ਪੂਰੇ ਹੋ ਗਏ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਾ ਕਾਈ ਕੋਈ ਊਣਤਾਈ ਰਹਿ ਨਹੀਂ ਕਰਤੇ ਨੇ ਸਾਰੇ ਮਨੋਰਥ ਜਿਹੜੇ ਪੂਰੇ ਕਰ ਦਿੱਤੇ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖ ਹਲਾ ਜੀ ਕਦੇ ਦੁੱਖ ਵਾਲਾ ਸਮਾਂ ਹੀ ਨਹੀਂ ਦੇਖਣਾ ਪੈਂਦਾ ਜਦੋਂ ਗੁਰੂ ਕਿਰਪਾ ਕਰਦਾ ਜੈ ਜੈਕਾਰ ਭਇਆ ਜਗ ਅੰਦਰ ਬਾਰੀ ਸਰੋਵਰ ਚ ਜਲ ਭਰਿਆ ਤੇ ਸੰਗਤਾਂ ਦੇ ਵਿੱਚ ਖੁਸ਼ੀਆਂ ਆ ਗਈਆਂ ਸਾਰੀ ਸੰਸਾਰ ਵਿੱਚ ਜੈਦੇਕਾਰ ਹੋਣ ਲੱਗਈਆ ਮਹਾਰਾਜ ਕਹਿੰਦੇ ਜਦੋਂ ਅੰਦਰ ਜਲ ਭਰਿਆ ਨਾ ਉਹਦਾ ਲੋਕ ਪਰਲੋਕ ਦੇ ਅੰਦਰ ਵੀ ਜਿਹੜੀ ਆ ਜੈਦੇਕਾਰ ਹੋਣ ਲੱਗ ਗਈ ਔਰ ਮਹਾਰਾਜ ਕਹਿੰਦੇ ਲਾਥੀ ਸਗਲ ਬਸੂਰੇ ਬਸੂਰੇ ਝੋਰੇ ਜਿਹੜੇ ਸਨ ਸੰਗਤਾਂ ਦਾ ਖਿਆਲ ਸੀ ਇਹ ਮਿੱਟੀ ਦਾ ਕੱਡ ਟੁੱਟਦਾ ਨਹੀਂ ਪਿਆ ਪਤਾ ਨਹੀਂ ਕੀ ਹੋਵੇਗਾ ਬਹੁਤ ਕੁਝ ਦੇਖਿਆ ਕਦੋਂ ਇਹਦੇ ਅੰਦਰ ਜਲ ਪਵੇਗਾ ਤੇ ਕੁਝ ਦੇ ਕੋਈ ਖਿਆਲ ਸਨ ਉਹ ਸਾਰੇ ਦੇ ਸਾਰੇ ਝੋਰੇ ਲੱਥ ਗਏ ਜੀਵ ਦੇ ਮਨ ਅੰਦਰ ਝੋਰਾ ਸੀ ਜਨਮਾਂ ਦਨ ਮੰਤਰਾਂ ਤੋਂ ਪਟਕਦੇ ਆ ਨਹੀਂ ਆ ਕਈ ਜਨਮ ਬਏ ਕੀਟ ਪਤੰਗਾ ਕਈ ਜਨਮ ਗੱਜਮੀਨ ਕੁਰੰਗਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਦੁਨੀਆਂ ਦੇ ਵਿੱਚ ਪਟਕਦੇ ਆਏ ਆ ਔਰ ਕਦੋਂ ਮਿਲਾਪ ਹੋਏਗਾ ਬਹੁਤ ਜਨਮ ਵਿਛਰੇ ਇਥੇ ਮਾਦੋ ਇਹੋ ਜਨਮ ਤੁਹਾਰੇ ਲੇਖ ਹੈ ਕਹਿਰ ਬਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਉਹ ਦੇਦਾਰ ਹੋ ਜਾਵੇ ਜਨਮ ਜਨਮਾਂ ਤਰਾਂ ਦੇ ਵਿਛਣੇ ਉਹ ਚੋਰੇ ਦੂਰ ਹੋ ਗਏ ਜਿਵੇਂ ਬਾਹਰ ਲੇ ਤੇ ਜਗਿਆ ਸੂਦੇ ਅੰਦਰ ਜਦੋਂ ਨਾਮ ਜਲ ਛਾਇਆ ਨਾ ਸ਼ੋਭ ਨਹੀਂ ਘੋਇਆ ਸੋਭਾ ਵਾਲਾ ਹੋਇਆ ਨਾਮ ਟਿਕਿਆ ਹਿਰਦਾ ਲਬ ਲ ਭਰਿਆ ਉਦੋਂ ਉਹਦੇ ਦੁੱਖ ਝੋਰੇ ਜਗਿਆਸੂ ਦੇ ਦੂਰ ਹੋ ਗਏ ਹੁਣ ਜੈ ਜੈਕਾਰ ਹੁਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਜਗਤ ਵਿੱਚ ਜੈਦੇ ਕਰ ਹੁੰਦੀ ਤੇ ਗੁਰਸਿੱਖ ਪਿਆਰਾ ਕਹਿੰਦਾ ਮੇਰੇ ਤਾਰਨ ਵਾਸਤੇ ਬੇੜਾ ਪਾਰ ਲਾਉਣ ਵਾਸਤੇ ਵੈ ਗੁਰੂ ਹੈ ਉਹਦੇ ਤੋਂ ਬਗੈਰ ਕੋਈ ਨਹੀਂ ਹਰ ਉਹ ਕਿਰਪਾ ਕਰੇ ਤਾਂ ਸਭ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਪੂਰਨ ਪੁਰਖ ਆਚੂਤ ਅਬਨਾਸੀ ਮਹਾਰਾਜ ਕਹਿੰਦੇ ਉਹ ਪੁਰਖ ਸਰਬ ਵਿਆਪਕ ਸਾਰੀਆਂ ਜਗਾਵਾਂ ਤੇ ਰਮਿਆ ਹੋਇਆ ਵੈਗਰੂ ਇੱਕ ਰਸ ਆਕਾਲ ਪੁਰਖੇ ਆਚੂਤ ਆ ਗਿੜ ਸਰੂਪੇ ਨਿਰਹਾਲੇ ਉਹ ਕੇ ਡੋਲਦਾ ਨਹੀਂ ਕਿ ਇਧਰ ਨੂੰ ਡਿਗਿਆ ਤਾਂ ਉਧਰ ਉਹ ਨਿਰਹਾਲੇ ਡਿਗਦਾ ਨਹੀਂ ਅਬਨਾਸੀ ਉਹਦਾ ਨਾਸ਼ ਵੀ ਕਦੇ ਨਹੀਂ ਹੁੰਦਾ ਉਹ ਜੀਦਾ ਨਾਸ਼ ਕਦੇ ਨਹੀਂ ਡੁਲਾਈ ਮਨ ਕਦੇ ਨਹੀਂ ਸਰਬ ਵਿਆਪਕ ਹਰ ਜਗ੍ਹਾ ਤੇ ਪੂਰਨ ਹੈ ਮਹਾਰਾਜ ਸਚਿਪਾਸ਼ਾ ਕਹਿੰਦੇ ਉਹਦਾ ਜਸ ਉਹਦੀ ਵਡਿਆਈ ਆਕਾਲ ਪੁਰਖ ਵੈਗਰੂ ਜਿਹੜਾ ਆਪ ਆ ਕੇ ਕਾਰਜ ਪਿਆ ਕਰਦਾ ਹੈ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਦਾ ਜਸ ਵੇਦ ਪੁਰਾਣੀ ਗਾਇਆ ਵੇਦਾਂ ਨੇ ਪੁਰਾਣਾ ਨੇ ਉਹਦਾ ਜਸ ਗਾਉਣਾ ਕੀਤਾ ਅੰਤ ਨਹੀਂ ਅਰ ਬੇਅੰਤ ਦਾ ਜਸ ਗਾਇਆ ਪਰਮਾਤਮਾ ਦਾ ਉਹਦਾ ਮਹਾਰਾਜ ਸੱਚੀ ਪਾਤਸ਼ਾਹ ਮੀਰ ਕਰਦੇ ਨੇ ਉਹਦੇ ਜਸ ਨੂੰ ਗਾਇਨ ਕੀਤਾ ਵੇਦ ਪੁਰਾਨ ਜਾਸ ਗੁਣ ਗਾਵਤ ਤਾਕੂ ਨਾਮ ਹੀਐ ਮੋ ਧਰ ਰੇ ਜਿਹਦਾ ਜਸ ਵੇਦ ਪੁਰਾਨ ਆਦ ਗਾਇਨ ਕਰਦੇ ਨੇ हे ਜੀਵ ਤੂੰ ਉਹਦਾ ਜਸ ਉਹਦਾ ਨਾਮ ਆਪਣੀ ਹਿਰਦੇ ਦੇ ਅੰਦਰ ਟਕਾ ਉਹ ਵੈਗੁਰੂ ਦਾ ਮਹਾਰਾਜ ਮੀਰ ਕਰਦੇ ਆਪਣਾ ਬਿਰਦ ਰੱਖਿਆ ਪਰਮੇਸ਼ਰ ਆਕਾਲ ਪੁਰਖ ਵੈਗੁਰੂ ਜੀ ਨੇ ਆਪਣਾ ਬਿਰਦ ਆਪਣਾ ਧਰਮ ਆਪਣਾ ਫਰਮ